ਹੈਲੋ ਮਨੀ। ਹਾਂਜੀ ਸਰ, ਕੀ ਹਾਲ ਨੇ ਤੁਹਾਡੇ? ਠੀਕ ਹੈ ਠੀਕ ਹੈ, ਹੋਰ ਸੁਣਾ ਮਨੀ? ਸਭ ਵਧੀਆ ਸਰ, ਠੀਕ ਹੈ ਸਰ, ਠੀਕ ਹੈ। ਮਨੀ, ਜਿਵੇਂ ਹੁਣ ਤੇਰਾ ਨਾ ਮੈਡੀਕਲ ਤਾਂ ਹੋ ਗਿਆ ਹੈ ਨਾ, ਪਹਿਲਾਂ ਤੁਹਾਨੂੰ ਦੋਸਤੋ ਦੱਸ ਦੇਣਾ ਚਾਹੁੰਦਾ, ਆਪਣਾ ਮਨੀ ਗਰਗ ਅਤੇ ਮੁੰਡਾ ਹੈੱਡ ਕੋਂਸਟੇਬਲ ਆ, ਅਤੇ ਰੀਸੈਂਟਲੀ ਤੁਹਾਨੂੰ ਪਤਾ ਹੁਣ ਬੱਚਿਆਂ ਦੀ ਜੁਆਇਨਿੰਗ ਹੋਈ ਆ ਹੈ ਨਾ ਇਹਦੀ, ਅਤੇ ਜੁਆਇਨਿੰਗ ਲੈਟਰ ਮਿਲਣ ਵਾਲੇ ਨੇ 2-4 ਦਿਨਾਂ ਦੇ ਵਿੱਚ। ਅਤੇ ਅੱਜ ਤੁਹਾਨੂੰ ਇਹੀ ਬੱਚਾ ਤੁਹਾਨੂੰ ਦੱਸੇਗਾ ਸਾਰਾ ਕੁਛ, ਮੈਡ ਕੇ ਕਿੱਦਾਂ ਕਿੱਦਾਂ ਇਹਦਾ ਮੈਡੀਕਲ ਹੋਇਆ, ਕਿੱਦਾਂ ਕਿੱਦਾਂ ਨਹੀਂ ਸਾਰਾ। ਅਤੇ ਦੱਸ ਦੇਣਾ ਚਾਹੁੰਦਾ, ਮਨੀ ਦਾ ਚੈਨਲ ਵੀ ਆ ਟੈਲੀਗ੍ਰਾਮ 'ਤੇ, ਜਿੱਥੇ ਕਿ ਮਨੀ ਫਰੀ ਆਫ ਕੋਸਟ ਗਾਈਡੈਂਸ ਕਰਦੇ ਨੇ ਇਹ ਮੌਕ ਟੈਸਟ ਵਗੈਰਾ ਦੀ, ਹੋਰ ਸਾਰੀ ਚੀਜ਼ਾਂ ਦੀ। ਬਹੁਤ ਘੱਟ ਜੈਨੂਨ ਫੀਸ ਦੇ ਵਿੱਚ ਮੌਕ ਟੈਸਟ ਵਗੈਰਾ ਪ੍ਰੋਵਾਈਡ ਕਰਦੇ ਨੇ। ਟੈਲੀਗ੍ਰਾਮ 'ਤੇ ਤੁਸੀਂ ਜਾ ਕੇ ਵਾਇਰਲ ਕਲਾਸਿਸ ਸਰਚ ਕਰੋਗੇ ਅਤੇ ਇਹਨਾਂ ਦਾ ਗਰੁੱਪ ਮਿਲ ਜਾਏਗਾ ਤੁਹਾਨੂੰ, ਅਤੇ ਸਾਰੇ ਹੀ ਬੱਚੇ ਜਿਹੜੇ ਐਡਮਿਨ ਨੇ ਉਹਨਾਂ ਦੇ ਸਾਰੇ ਹੀ ਉੱਥੇ ਨਾ ਸਰਕਾਰੀ ਨੌਕਰੀ 'ਤੇ ਨੇ, ਅਤੇ ਤੁਹਾਨੂੰ ਵਧੀਆ ਗਾਈਡ ਅਪ ਕਰਦੇ ਨੇ ਉੱਥੇ। ਅਤੇ ਮਨੀ, ਹੁਣ ਨਾ ਆਪਾਂ ਦੇ ਕੁਛ ਕੁਸ਼ਚਨ ਨੇ ਬੱਚਿਆਂ ਦੇ, ਹਾਂਜੀ, ਮੈਡੀਕਲ ਰਿਲੇਟਡ, ਅਤੇ ਬਸ ਉਹ ਮੈਂ ਤੁਹਾਨੂੰ ਪੁੱਛਣਾ ਵਾਰ ਵਾਰ ਹੈ ਨਾ। ਸਭ ਤੋਂ ਪਹਿਲਾਂ ਤਾਂ ਹੈਗਾ ਕਿ ਇਹਨਾਂ ਨੇ ਲਿਖਿਆ ਹੋਇਆ ਕਿ ਅਨਮੈਰਿਡ ਸਰਟੀਫਿਕੇਟ ਦੀ ਵੀ ਲੋੜ ਹੈ, ਜਿਵੇਂ ਕਿ ਬੱਚਾ ਅਨਮੈਰਿਡ ਆ? ਨਹੀਂ ਨਹੀਂ ਸਰ, ਉਹਦਾ ਵੀ ਲੋੜ ਨਹੀਂ ਹੈਗੀ, ਜੋ ਫਾਰਮ ਦੇ ਵਿੱਚ ਭਰਿਆ ਜਾਊਗਾ ਜੋ ਹੋਊਗਾ, ਇੱਦਾਂ ਦਾ ਤੁਸੀਂ ਨਾ ਮੈਡੀਕਲ ਹੋਊਗਾ ਬੱਚੇ ਵੀ ਜਿਹੜੇ ਬੱਚੇ ਸਿਲੈਕਟ ਹੋਣਗੇ, ਉਹਨਾਂ ਦੇ ਹਿਸਾਬ ਜਿੰਨੀਆਂ ਪੋਸਟਾਂ ਸਿਲੈਕਟਡ ਕੈਂਡੀਡੇਟ ਜਿਹੜੇ ਹੈਗੇ ਨੇ ਪ੍ਰੋਵੀਜ਼ਨਲ, ਉਹਨਾਂ ਦੀ ਲਿਸਟ ਆ ਜਾਏਗੀ, ਮਤਲਬ ਇੱਕ ਤਰ੍ਹਾਂ ਸਿਲੈਕਟ ਹੀ ਨਹੀਂ ਗਏ ਉਹ, ਉਸ ਤੋਂ ਬਾਅਦ ਮੈਡੀਕਲ ਦੀ ਲਿਸਟ ਆਏਗੀ ਫਿਰ ਉਹਨਾਂ ਦੀ ਡਿਸਟ੍ਰਿਕਟ ਦੇ ਹਿਸਾਬ ਨਾਲ, ਜਿੱਥੇ ਜਿੱਥੇ ਉਹਨਾਂ ਜੋਨ ਬਣਾਉਣਗੇ, ਮੋਸਟਲੀ ਜ਼ਿਲ੍ਹਿਆਂ ਦੇ ਵਿੱਚ ਹੀ ਹੋਣਗੇ ਇਹਨਾਂ ਦੇ ਕੋਂਸਟੇਬਲ ਦੇ, ਸ਼ਾਇਦ ਜ਼ਿਲ੍ਹਿਆਂ ਦੇ ਵਿੱਚ ਹੀ ਹੋਏ, ਸਾਡੇ ਹੋਏ ਸੀਗੇ ਜੋਨ ਦੇ ਹਿਸਾਬ ਨਾਲ ਜੀ। ਜਿਵੇਂ ਮੇਰਾ ਮੈਡੀਕਲ ਆ ਲਾ ਲਓ, ਮੇਰੇ ਘਰ ਤੋਂ 100 ਕਿਲੋਮੀਟਰ ਦੂਰ ਸੀਗਾ ਲੁਧਿਆਣਾ ਡਿਸਟ੍ਰਿਕਟ, ਡਿਸਟ੍ਰਿਕਟ ਹੋਰ ਸੀ ਮੇਰੀ, ਤੇ ਮੈਡੀਕਲ ਹੋ ਜਾਏਗਾ ਤੇ ਹੋਇਆ ਸੀਗਾ ਜੋਨ ਵਾਈਜ਼ ਇਹਨਾਂ ਦਾ ਜੀ। ਬਸ ਉਸ ਤੋਂ ਬਾਅਦ ਆਹੀ ਕੁਸ਼ਚਨ ਸੀਗਾ ਸਰ, ਡਾਕੂਮੈਂਟ ਵੈਰੀਫਿਕੇਸ਼ਨ ਸਾਰੇ ਕੈਂਡੀਡੇਟ ਦੀ ਹੋਏਗੀ ਜਿਨ੍ਹਾਂ ਦਾ ਫਿਜ਼ੀਕਲ ਕਿਰਿਆ, ਹਾਂ ਜਿਨ੍ਹਾਂ ਦਾ ਫਿਜ਼ੀਕਲ ਕਿਰਿਆ, ਜਿਵੇਂ ਹੁਣ ਮੁੰਡੇ ਨੇ ਦੱਸਿਆ ਕਿ ਉਸ ਤੋਂ ਬਾਅਦ ਤੁਹਾਡੀ ਲਿਸਟ ਬਣੇਗੀ ਫਾਈਨਲ, ਅਤੇ ਉਸ ਤੋਂ ਬਾਅਦ ਤੁਹਾਡਾ ਮੈਡੀਕਲ ਦੇ ਲਈ ਤੁਹਾਨੂੰ ਬੁਲਾਉਣਗੇ। ਉਸ ਤੋਂ ਬਾਅਦ ਸਾਰਿਆਂ ਦੀ ਹੋਣਗੇ ਜਿਨ੍ਹਾਂ ਦਾ ਫਿਜ਼ੀਕਲ ਕਲੀਅਰ ਹੈ ਜੀ, ਡਾਕੂਮੈਂਟ ਸਾਰਿਆਂ ਚੈੱਕ ਹੋਣਗੇ। ਫਿਜ਼ੀਕਲ ਜਿਨ੍ਹਾਂ ਦਾ ਕਲੀਅਰ ਹੈ ਸਾਰਿਆਂ ਡਾਕੂਮੈਂਟ ਚੈੱਕ ਹੋਣਗੇ? ਹਾਂਜੀ ਹਾਂ, ਤਾਂ ਕਰਕੇ ਕਰਤਾ ਵੀ ਪਹਿਲਾਂ ਜਿਹੜਾ ਸੀਗਾ ਟਾਈਮ ਜ਼ਿਆਦਾ ਲੱਗਦਾ ਸੀਗਾ। ਦੇਖੋ ਜੀ, ਇਹਦਾ ਲਾਇਸੈਂਸ ਦਾ ਕੋਈ ਸੀਨ ਹੈ ਨੀਗਾ, ਤੁਹਾਡੇ ਤਾਂ ਉੱਥੇ ਜਿਹੜੇ ਡਾਕੂਮੈਂਟ ਨੇ ਕੁਛ ਹੋਰ ਹੀ ਲੱਗਦੇ ਨੇ ਹਨਾ, ਤੇ ਜੇ ਹੈਗਾ ਤੁਹਾਡੇ ਕੋਲ ਵੈਲ ਐਂਡ ਗੁੱਡ ਆ, ਕੋਈ ਇਸ਼ੂ ਨਹੀਂ ਆ, ਬਟ ਜੇ ਨਹੀਂ ਹੈਗਾ ਤਾਂ ਇਹ ਕੰਪਲਸਰੀ ਨਹੀਂ ਹੈਗਾ ਵੀ ਤੁਹਾਨੂੰ ਲਾਇਸੈਂਸ ਆ ਜਿਹੜਾ ਜ਼ਰੂਰੀ ਆ, ਹੈ ਨਾ ਮਨੀ? ਨਹੀਂ ਨਹੀਂ ਸਰ, ਇੱਦਾਂ ਦਾ ਕੋਈ ਸਰ, ਇੱਦਾਂ ਦਾ ਕੋਈ ਸੀਨ ਨਹੀਂ ਹੈਗਾ ਜੀ, ਲਾਇਸੈਂਸ ਵਗੈਰਾ ਦਾ ਕੋਈ, ਉਹ ਕੋਈ ਇਸ਼ੂ ਨਹੀਂ ਹੈਗਾ। ਬਿਲਕੁਲ, ਇੱਕ ਕੁੜੀ ਪੁੱਛ ਰਿਹਾ ਸਰ, SERO ਗਰਲ 62.25 ਨੰਬਰ ਨੇ, ਫਾਈਨਲ ਚਾਂਸ ਹੈ ਕਿ ਨਹੀਂ? ਲੈ ਦੱਸ, ਕੁੜੀਆਂ ਤਾਂ ਸੈਕਿੰਡ ਲਿਸਟ ਆਈ, ਕੁੜੀ ਨੂੰ ਆਪਣਾ ਪਿਆ ਫਿਕਰ, ਇਹ ਤਾਂ ਇੱਕ ਨੰਬਰ ਹੀ ਵੱਧ ਹੋਵੇ ਤਾਂ ਵੀ ਜਾਂਦਾ, ਕੁੜੀਆਂ ਜਰਨਲ ਤੇ ਨਹੀਂ ਪਾਸ ਹੋ ਰਹੀਆਂ ਜਿਹੜਾ, ਉਹਨਾਂ ਦੀ ਕੁੜੀਆਂ ਹੋਰ ਬੁਲਾਈਆਂ ਉਹਨਾਂ ਨੇ, ਸਰ SERO ਵੀ ਜ਼ਿਆਦਾ ਬੁਲਾਈਆਂ ਇਹਨਾਂ ਨੇ ਹੋ ਰਹੀ ਹੈ ਨਾ ਹੁਣ, ਹਾਂ ਬੁਲਾਈਆਂ ਨੇ। ਹਾਂਜੀ ਹਾਂਜੀ, ਇਹ ਮਨੀ ਐਕਸਟਰਾ ਕੁਐਸਚਨ ਆ ਵੀ 2019 ਵਾਲਾ ਰੈਜ਼ੀਡੈਂਸ ਦਾ ਜਿਹੜਾ ਸਰਟੀਫਿਕੇਟ ਚੱਲ ਜੂਗਾ,
ਹੁਣ ਜੀ ਇਹਨਾਂ ਨੇ ਲਿਖਿਆ ਨਹੀਂ ਹੈਗਾ ਚੰਗੀ ਤਰ੍ਹਾਂ ਵੀ ਕਿਹੜੇ ਈਅਰ ਦਾ ਏ ਨਾ, ਮਤਲਬ ਉਹ ਕਿਹੜੇ ਮੰਥ ਦਾ ਏ ਕਿਹੜਾ, ਕੋਈ 5 ਸਾਲ ਦਾ ਹੁੰਦਾ ਮੈਨੂੰ ਲੱਗਦਾ ਜੀ ਉਹ, ਹਾਂ ਇਹਨਾਂ ਦਾ ਹੁੰਦਾ 2024 ਕਹਿੰਦੇ ਸਰ ਮੈਡੀਕਲ ਦੇ 14 ਟੈਸਟ ਦੀ ਰਿਪੋਰਟ ਪ੍ਰੋਵਾਈਡ ਕਰਦਾ, ਕੋਈ ਨਾ ਜੀ ਕੋਈ ਨਾ, ਤੁਹਾਨੂੰ ਕਰਦੇ ਆ ਜਲਦੀ ਉਹ ਪ੍ਰੋਵਾਈਡ, ਮਨੀ ਤੇਰੇ ਵਾਲੀ ਉਹ ਕਰਦੇ ਨਾ ਪ੍ਰੋਵਾਈਡ ਜਲਦੀ ਉਹ। ਹਾਂਜੀ ਹਾਂ ਮੈਂ ਭੇਜ ਦੂੰਗਾ ਜੀ, ਤੇ ਮੇਰੇ ਕੋਲ ਸ਼ਾਇਦ ਫੋਟੋਆਂ ਪਈਆਂ ਹੋਣਗੀਆਂ। ਹਾਂ ਮੈਨੂੰ ਭੇਜੀ ਸੀ ਤਾਂ ਜਿਆਦਾ ਉਹ ਹੋਇਆ ਸੀ ਨਾ ਪਹਿਲਾਂ, ਹੁਣ ਮੈਡੀਕਲ ਮੈਂ ਲੈ ਲਈ ਸੀ। ਹਾਂਜੀ ਹਾਂਜੀ ਇਹ ਭੇਜ ਦੂੰਗਾ ਮੈਂ ਉਹ ਤੇ ਬਣਾਉਂਦੇ ਆ ਵਗੈਰਾ। ਉਸ ਤੋਂ ਬਾਅਦ ਮੈਡੀਕਲ ਵਾਲੇ ਕੁਐਸਚਨ ਤਾਂ ਚਲੋ ਬਾਅਦ 'ਚ ਆਪਾਂ ਸੋਲਵ ਕਰ ਲਾਂਗੇ, ਬਾਕੀ ਤਾਂ ਆਹੀ ਨੇ ਇਹਨਾਂ ਦਾ। ਹੋਰ ਹੈ ਐਡੀਸ਼ਨਲ ਸ਼ਾਰਟਲਿਸਟ ਫੀਮੇਲ ਕੈਂਡੀਡੇਟ ਦੇ ਐਡਮਿਟ ਕਾਰਡ, ਨਹੀਂ ਹਾਲ ਤੱਕ ਨਹੀਂ ਆਣੇ ਹੈਗੇ, ਹਲੇ ਨਹੀਂ ਆ। ਚੱਲ ਤੂੰ ਮਨੀ ਹੋਰ ਦੱਸ, ਕੋਈ ਇਹ 'ਚ ਹੋਰ ਲਿਖਿਆ ਹੋਇਆ ਵੋਟਰ ਕਾਰਡ ਜ਼ਰੂਰੀ ਆ, ਮੇਰਾ ਬਣਿਆ ਨਹੀਂ ਹੋਇਆ। ਕੋਈ ਦੋ ਪ੍ਰੂਫ ਹੈਗੇ ਨੇ ਤੁਹਾਡੇ ਕੋਲ ਤਾਂ ਚੱਲ ਜਾਣਗੇ ਨਾ, ਜੇ ਵੈਸੇ ਤਾਂ ਜ਼ਰੂਰੀ ਆ ਯਾਰ ਵੋਟਰ ਕਾਰਡ ਬਣਾ ਲਓ, ਫਾਇਦਾ ਕੀ ਸੀ ਨਾ। ਮੈਂ ਆਪਣਾ ਆਪਣੇ ਮੈਡੀਕਲ ਕਦੋਂ ਤੱਕ ਹੋਣਾ, ਹਾਲ ਤੱਕ ਦੀ ਵੇਟ ਕਰੋ, ਇਹਦਾ ਕੋਈ ਆਈਡੀਆ ਨਹੀਂ ਹੈਗਾ। ਇਹਦਾ ਆਧਾਰ ਕਾਰਡ ਅਪਡੇਟ
ਕਰਵਾ ਲਈਏ। ਹਾਂ ਜੀ ਹਾਂ ਜ਼ਰੂਰ ਕਰਾਓ, ਇਹਦੇ ਵਿੱਚ ਮਨੀ ਬਹੁਤ ਜਾਣੇ ਹੁੰਦੇ ਹੋਣਗੇ ਨਾ ਜਿਨ੍ਹਾਂ ਦਾ ਕਿਸੇ ਦਾ ਨੰਬਰ ਨਹੀਂ, ਉਹ ਸੋਰੀ ਆਪਣਾ ਆਧਾਰ ਕਾਰਡ ਦੇ ਨੇਮ ਗਲਤ ਹੋ ਜਾਂਦਾ ਕਿਸੇ ਦਾ, ਕਿਸੇ ਦਾ ਡਬਲ ਡਬਲ ਲਿਖਿਆ ਹੁੰਦਾ, ਉਹ ਬੜਾ ਚੱਕਰ ਪੈਂਦਾ ਜੀ। ਫਿਜ਼ੀਕਲ ਹੋਏ ਨੂੰ ਕਿੰਨਾ ਟਾਈਮ ਹੋ ਗਿਆ ਇਹਦਾ ਕਾਂਸਟੇਬਲ ਵਾਲਾ? ਮਤਲਬ ਇਹ ਟਾਈਮ ਤਾਂ ਲੱਗ ਜਾਂਦਾ ਏ ਇਹਨਾਂ ਸਾਰਿਆਂ ਨੂੰ, ਟਾਈਮ ਲੱਗ ਜਾਂਦਾ ਏ ਪ੍ਰੋਸੈਸ ਤਾਂ, ਟਾਈਮ ਬਹੁਤ ਪਿਆ ਇਹਨਾਂ ਕੋਲੇ। ਮੈਡੀਕਲ ਤਾਂ ਹਜੇ ਲੱਗਦਾ ਵੀ ਸ਼ਾਇਦ ਕੋਈ ਤੇਰੇ ਸਾਹਮਣੇ ਇਸ ਤਰ੍ਹਾਂ ਦੀ ਕੋਈ ਬੱਚੇ ਨੂੰ ਕੋਈ ਦਿੱਕਤ ਆਈ ਹੋਵੇ ਕੁਛ ਤੁਹਾਡੇ ਵਾਲਿਆਂ ਚੋਂ ਕੋਈ? ਕੰਪਿਊਟਰ ਦੀ ਡਿਗਰੀ ਲਾਤੀ, ਕਿਸੇ ਨੇ ਕੋਈ ਕੁਛ ਲਗਾਤਾ ਹਨਾ, ਤੇ ਜੇ ਹੁਣ ਉਹ ਬੰਦਾ ਉਹ ਡਿਗਰੀ ਨਾ ਲਗਾਵੇ ਜਾਂ ਕੁਛ ਨਾ ਲਗਾ ਐਵੇਂ ਦਾ ਕੁਛ, ਫਿਰ ਚਲੋ ਦੋਸਤੋ, ਇਹ ਸੀਗਾ ਆਪਣੇ ਹੈਡ ਕਾਂਸਟੇਬਲ ਮਨੀਸ਼ ਗਰਗ ਜਿਨ੍ਹਾਂ ਦਾ ਕਿ ਵਾਇਰਲ ਕਲਾਸਿਸ ਚੈਨਲ ਹੈ ਯੂਟਿਊਬ ਤੇ, ਆਪਣਾ ਟੈਲੀਗ੍ਰਾਮ ਤੇ। ਤੇ ਮਨੀ ਯੂਟਿਊਬ ਤੇ ਕਦੋਂ ਆ ਰਹੇ ਫਿਰ? ਯੂਟਿਊਬ ਤੇ ਸਾਡੇ ਨੈਕਸਟ ਇਅਰ ਹੀ ਕਰਾਂਗੇ ਲੌਂਚ। ਵਰਦੀ ਪਾ ਗਈ ਆਉਂਦੇ ਫਿਰ? ਹਾਂਜੀ ਹਾਂ, ਠੀਕ ਹੈ ਠੀਕ ਹੈ ਠੀਕ ਹੈ ਮਨੀ, ਹੈਨਾ। ਥੈਂਕ ਯੂ ਸੋ ਮਚ ਬੜੀ, ਕਰੋ ਇੰਜੋਏ ਹੈਨਾ, ਕਰਦੇ ਆ ਪਾਰਟੀ ਫਿਰ, ਜਲਦੀ ਆ ਗਏ ਕਰਾਂਗੇ ਜਲਦੀ ਮਿਲਾਂਗੇ। ਹਾਂ ਠੀਕ ਹੈ ਮਨੀ, ਓਕੇ ਠੀਕ ਹੈ।
ਦੋਸਤੋ ਮੈਂ ਤੁਹਾਨੂੰ ਕਿਹਾ ਸੀਗਾ ਕਿ ਜਿੰਨੇ ਤੁਸੀਂ ਸਵਾਲ ਪੁੱਛੋਗੇ ਡਾਕੂਮੈਂਟ ਰਿਲੇਸ਼ਨ ਜਾਂ ਫਿਰ ਮੈਡੀਕਲ ਦੇ ਰਿਲੇਟਡ ਤਾਂ ਓਨੇ ਹੀ ਆਪਾਂ ਜਿਹੜੇ ਕੁਸ਼ਚਨ ਤੁਹਾਡੇ ਪਿਕਅਪ ਕਰ ਪਾਵਾਂਗੇ। ਠੀਕ ਹੈ, ਤੁਸੀਂ ਜਿੰਨੇ ਜ਼ਿਆਦਾ ਵੱਧ ਤੋਂ ਵੱਧ ਕਮੈਂਟਸ ਕਰੋਗੇ, ਆਪਣੀ ਕੁਆਇਰੀਜ਼ ਆਪਣੀਆਂ ਜਿਹੜੀਆਂ ਮੇਰੇ ਸਾਹਮਣੇ ਰੱਖੋਗੇ, ਛੋਟੀ ਤੋਂ ਛੋਟੀ ਪ੍ਰੋਬਲਮ ਵੀ ਆ ਰਿਹਾ ਤੁਹਾਨੂੰ ਕੋਈ ਇਸ਼ੂ ਨਹੀਂ ਹੈਗਾ, ਆਪਾਂ ਤੁਹਾਨੂੰ ਹਰ ਇੱਕ ਛੋਟੀ ਛੋਟੀ ਵੱਡੀ ਡਿਟੇਲ ਦਾ ਜਿਹੜਾ ਜਵਾਬ ਦੇਵਾਂਗੇ। ਠੀਕ ਹੈ, ਅਤੇ ਬਹੁਤ ਬੱਚੇ ਆਪਣੇ ਬਣੇ ਹੋਏ ਨੇ, ਕੋਈ ਹੈਡ ਕੌਂਸਲਰ ਆ, ਕੋਈ ਕੌਂਸਟੇਬਲ ਆ, ਕੋਈ ਸਬ ਇੰਸਪੈਕਟਰ ਆ, ਕੋਈ ਡੀ ਐਸ ਪੀ, ਕੋਈ ਸਭ, ਹੈ ਨਾ, ਤੁਹਾਨੂੰ ਹਰ ਇੱਕ ਤਰ੍ਹਾਂ ਦੀ ਨੌਲੇਜ ਆ ਜਿਹੜੀ ਪ੍ਰੋਵਾਈਡ ਕਰਾਵਾਂਗੇ। ਮੈਂ ਹਮੇਸ਼ਾ ਤੁਹਾਡੇ ਨਾਲ ਹਾਂ, ਮੈਂ ਇਹ ਨਹੀਂ ਚਾਹੁੰਦਾ ਹੈ ਕਿ ਬੱਚਾ ਕੋਈ ਛੋਟੀ ਜਿਹੀ ਗਲਤੀ ਤੋਂ, ਕੋਈ ਮਿਸਗਾਈਡੈਂਸ ਦੀ ਵਜ੍ਹਾ ਦੇ ਨਾਲ ਬੱਚਾ ਇੰਨਾ ਸਾਰਾ ਕੁਛ ਅੱਗੇ ਤੱਕ ਪਹੁੰਚ ਕੇ ਕਿਸ ਚੀਜ਼ ਤੋਂ ਰਹਿ ਜਾਵੇ, ਠੀਕ ਆ, ਜਾਂ ਫਿਰ ਉਹਦੀ ਜੁਆਇਨਿੰਗ ਲੇਟ ਹੋਵੇ ਜਾਂ ਕੁਛ ਹੋਰ ਚੱਕਰਾਂ ਦੇ ਵਿੱਚ ਪਵੇ। ਮੈਂ ਹਮੇਸ਼ਾ ਤੁਹਾਡੇ ਨਾਲ ਹਾਂ, ਇਸ ਵੀਡੀਓ ਨੂੰ ਸਪੋਰਟ ਕਰਿਓ ਅਤੇ ਸ਼ੇਅਰ ਜ਼ਰੂਰ ਕਰਿਓ, ਕਮੈਂਟ ਕਰਿਓ।